गवर्नमेंट छुट्टी करके सब बंद है। दिस इज द पुर्तगाल शेरपा सिटी। ये सिटी टूरिस्ट नू लैके बहुत जानी जाती है, तो आओ तुहानू अज घुमाने सिटी शेरपा। स्टार्ट करा? नहीं, ये दा की स्टार्ट करना है। ये आवाज करके मशहूर हुई थी। ये वो यामा है जिहड़ा आपां इंडिया यूज करते ही चलांदे सी, बड़े शौक नाल जिहड़ा बंद कर दिता गया है, उत्थे पुर्तगाल विच देखण नूं तुहानूं मिलेगा। हुण आपां सैर कर रहे हां जी शेरपा सिटी दी, तुहानूं हौली हौली दर्शन करावांगे सिटी दे अलग अलग नज़ारियां दे। ਇਹ ਦੇਖੋ ਜੀ ਨਜ਼ਾਰੇ ਪੁਰਤਗਾਲ ਸ਼ੇਰਪਾ ਸਿਟੀ ਦੇ, ਅਤੇ ਖਾਸ ਚੀਜ਼ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੀ, ਧਿਆਨ ਨਾਲ ਸੁਣੋ ਜੀ। ਇਹ ਉਹ ਮਰੂਤੀ ਹੈ ਜਿਹੜੀ ਇੰਡੀਆ 'ਚ ਕੋਈ ਪੁੱਛਦਾ ਨਹੀਂ ਹੈ, ਇਹਨੂੰ ਪੁਰਾਣੇ ਮਾਡਲ ਸੀ ਅਤੇ ਇੱਥੇ ਤੁਹਾਨੂੰ ਦੇਖਣ ਨੂੰ ਮਿਲੇਗੀ। ਇਹ ਦੇਖੋ ਕੀ ਜਗਾੜ ਬਣਾਇਆ ਇੱਥੇ ਮਰੂਤੀ ਦਾ, ਬੜਾ ਸੋਹਣਾ ਲੱਗਦਾ ਹੈ। ਦੇਖੋ ਧਿਆਨ ਨਾਲ, ਐਗਰੀਕਲਚਰ ਵਾਸਤੇ ਜ਼ਿਆਦਾ ਇਹ ਗੱਡੀਆਂ ਯੂਜ਼ ਕਰਦੇ ਨੇ ਸਮਾਨ ਢੋਣ ਨੂੰ, ਬੰਦੇ ਮੁੰਦੇ ਵੀ ਪਾ ਲੈਂਦੇ ਉੱਦਾਂ। ਅਤੇ ਏਰੀਆ ਸਾਫ਼ ਸੁਥਰਾ, ਦੇਖੋ ਆਪਣੇ ਸਿਟੀ 'ਚ ਗੁਜ਼ਰਦੇ ਹਾਂ ਤੁਹਾਨੂੰ ਗੱਡੀਆਂ ਮਿਲਣਗੀਆਂ, ਇੱਥੇ ਪੇੜ ਲੱਗੇ ਨੇ। ਆਕਸੀਜਨ ਦਾ ਜਿਹੜਾ ਮੇਨ ਮੁੱਦਾ ਜਿਹਨੂੰ ਕਹਿੰਦੇ ਆਪਣੇ, ਆਕਸੀਜਨ ਘੱਟ ਗਈ ਹੈ, ਬਾਰਿਸ਼ ਨਹੀਂ ਆਉਂਦੀ। ਇਹ ਦੇਖੋ ਬੜੇ ਸੋਹਣੇ ਤਰੀਕੇ ਨਾਲ ਸਿਟੀ ਸਜਾਈ ਹੋਈ ਹੈ ਹਰ ਪਾਸੇ। ਆਹ ਦੇਖੋ ਫਰੂਟ ਤੁਹਾਡੇ ਬਾਹਰ ਨਹੀਂ ਮਿਲੇਗਾ, ਇੱਥੇ ਜਿੱਥੇ ਵੀ ਘੁੰਮਦੇ ਤੁਹਾਨੂੰ ਸੰਤਰਾ, ਔਰੇਂਜ, ਨਿੰਬੂ, ਚੌਂਗਾ ਹੈ ਚੌਂਗਾ। ਇਹ ਦੇਖੋ ਜੀ ਦੂਜੀ ਮਰੂਤੀ ਦਾ ਮਾਡਲ ਹੈ ਪੂਰਾ, ਤੁਹਾਨੂੰ ਪਹਿਲੀ ਮਰੂਤੀ ਅਸੀਂ ਪਿੱਛੇ ਦਿਖਾਉਂਦੇ ਜਾਏ ਗਏ ਸੀ। ਇਹ ਦੂਸਰਾ ਮਾਡਲ ਹੈ ਦੇਖੋ, ਜਿੱਦਾਂ ਆਪਣਾ ਲੰਡੀ ਜੀਵ ਨਹੀਂ ਰੈਡੀ ਕਰਾਉਂਦੇ, ਦੇਖੋ ਉਹ ਇੰਡੀਆ 'ਚ। ਇਹ ਦੇਖੋ ਉੱਪਰ ਲਾਈਟਾਂ ਲੱਗੀਆਂ, ਲਾਈਟਾਂ ਕਹਿੰਦੀਆਂ ਸੱਚ ਲਾਈਟਾਂ ਹੀ ਲੱਗੀਆਂ ਕਿ ਦੂਰੋਂ ਬੰਦਾ ਆਉਂਦਾ ਦੇਖ ਪੈਣਾ। ਇਹ ਵੀ ਦੇਖੋ ਪਿੱਛੇ ਜੌਂਗਾ ਹੀ ਬਣਾਇਆ ਜਿੱਦਾਂ ਘੜੁੱਕੇ ਨੂੰ ਲਾਉਂਦੇ ਇੰਡੀਆ 'ਚ। ਅਤੇ ਬਾਕੀ ਜੁਗਾੜ ਬਹੁਤ ਮਿਲਦੇ ਇੱਥੇ ਵੀ, ਇਹ ਨਹੀਂ ਕਿ ਇਕੱਲੇ ਇੰਡੀਆ 'ਚ ਹੀ ਕਹਿੰਦੇ ਜੁਗਾੜੀ ਹੈ, ਜੁਗਾੜੀ ਪੁਰਤਗਾਲ 'ਚ ਵੀ ਬਹੁਤ ਹੈ। ਅਤੇ ਸਿਟੀ ਤੁਸੀਂ ਦੇਖੋ ਸ਼ਾਂਤ ਠੰਡੀ, ਆਹ ਸੰਤਰੇ ਡਿੱਗੇ ਥੱਲੇ ਵੇਖ ਲਓ, ਕੋਈ ਖਾਣ ਨਹੀਂ ਡਿਆ ਇੱਥੇ। ਸੰਤਰਿਆਂ ਦੇ ਪੇੜ ਤੁਹਾਨੂੰ ਮਿਲ ਜਾਣੇ, ਬੰਦਾ ਭੁੱਖਾ ਵੀ ਫਿਰਦਾ ਹੋਊਗਾ ਨਾ, ਤਾਂ ਚੱਲ ਕੁਛ ਨਹੀਂ ਮਿਲਿਆ ਤਾਂ ਪੇੜ ਤੋਂ ਤੋੜ ਕੇ ਉਹ ਸੰਤਰਾ ਹੀ ਖਾ ਲਵੇ। ਇਹ ਹੈ ਜੀ ਸ਼ੇਰਪਾ ਸਿਟੀ ਪੁਰਤਗਾਲ ਬੱਸ ਸਟੈਂਡ। ਅਸੀਂ ਲੋਰੀਆਂ ਤੋਂ ਇੱਥੇ ਬੱਸ ਸਟੈਂਡ 'ਤੇ ਆਏ, ਬਹੁਤ ਵਧੀਆ ਫੈਸਿਲਿਟੀ ਹੈ ਬੱਸਾਂ ਦੀ। ਨਹੀਂ ਹਜੇ ਉਹ ਇੱਥੇ ਜ਼ਿਆਦਾ ਰਸ਼ ਨਹੀਂ ਰਹਿੰਦਾ, ਬੱਸ ਆਉਂਦੀ ਚਲ ਜਾਂਦੀ, ਆਉਂਦੀ ਚਲ ਜਾਂਦੀ ਹੈ। ਬੱਸਾਂ ਦੀ ਤੁਸੀਂ ਲੁੱਕ ਦੇਖੋ, ਜਿਹੜੀ ਮਰਸੀਡੀਜ਼ ਬੱਸਾਂ ਹੁੰਦੀਆਂ ਉਹ ਲੱਗੀਆਂ ਹੋਈਆਂ ਇੱਥੇ ਨੋਰਮਲ, ਕਿਰਾਏ ਜ਼ਿਆਦਾ ਨਹੀਂ ਹੈਗੇ, ਬਹੁਤ ਨੋਰਮਲ ਹੈ ਇੱਥੋਂ ਦੇ ਹਿਸਾਬ ਨਾਲ। ਹਜੇ ਆਪਾਂ ਟੈਕਸੀ ਕਰਕੇ ਆਓ ਤਾਂ ਤੁਹਾਨੂੰ 400-500 ਯੂਰੋ ਪੈਣਾ ਇੱਥੇ। ਇੱਥੇ ਕਿੰਨੇ ਦੀ ਟਿਕਟ ਲਈ ਸੀ ਆਪਾਂ? 22। ਹਾਂ 22 ਦੀ ਟਿਕਟ ਲੈ ਕੇ ਆਏ ਸੀ ਦੋ ਜਣੇ, ਅਤੇ ਸਾਡਾ ਸਫ਼ਰ ਸੀ। ਇਹ ਦੇਖੋ ਇਹ ਸਭ ਤੋਂ ਮੇਨ ਖਾਸ ਹੈ, ਹਰ ਰੋਡ 'ਤੇ ਤੁਸੀਂ ਜਾਓਗੇ ਤੁਹਾਨੂੰ 1-2 ਕਿਲੋਮੀਟਰ 'ਤੇ ਤੁਹਾਨੂੰ ਆਹ ਚੀਜ਼ ਮਿਲਣੀ ਮਿਲਣੀ ਹੈ। ਇਹ ਬਿਨ ਹੈ ਜੀ, ਜਿਹਨੂੰ ਡਸਟਬਿਨ ਕਚਰੇ ਵਾਸਤੇ ਜਿਹਨੂੰ ਕਹਿੰਦੇ। ਇਹ ਤਿੰਨ ਤਰ੍ਹਾਂ ਦੇ ਆਹ ਲੱਗੇ ਹੋਏ ਨੇ, ਇੱਕ ਪਿੱਛੇ ਮੈਨੂੰ ਪਤਾ ਕਾਹਦੇ ਵਾਸਤੇ, ਪਲਾਸਟਿਕ ਵਾਸਤੇ ਹੈ। ਇਹ ਪਲਾਸਟਿਕ ਵਾਸਤੇ ਹੈਗਾ ਮੇਨ ਖਾਸ, ਜਿਹੜੇ ਬਰਤਨ ਪਲਾਸਟਿਕ, ਅਤੇ ਇਹ ਜਿਹੜੇ ਹੈਗੇ ਨੇ ਕਚਰੇ ਦੇ ਹਿਸਾਬ ਨਾਲ ਰੱਖਿਆ ਹੋਇਆ ਉਹਨਾਂ ਨੇ, ਜਿਹੜਾ ਸੁੱਕਾ ਵਾਸਤੇ ਜਾਂ ਗਿੱਲਾ, ਕੋਈ ਸਬਜ਼ੀਆਂ ਦੇ ਛਿਲਕੇ ਵਗੈਰਾ, ਉਹ ਇਹ ਡੰਪ ਨਾਲ ਹੀ ਨੀਚੇ ਦੇ ਨੀਚੇ ਲੈ ਜਾਂਦੇ ਆ, ਉਹ 'ਚ ਬਣੇ ਹੋਏ ਸਿਸਟਮ। ਬੜਾ ਵਧੀਆ ਸਿਸਟਮ ਰੱਖਿਆ, ਜਿਹੜਾ ਯੂਜ਼ ਹੁੰਦਾ ਰੀਸਾਈਕਲ। ਇਹ ਕੀ ਚੀਜ਼ ਹੈ? ਮੇਨ ਮੇਨ, ਹਾਂ ਇਹ ਵੀ ਬਿਨ ਹੈ, ਇਹ ਅੰਦਰ ਹੀ ਬਣਿਆ ਹੋਇਆ ਦੇਖੋ, ਇਹ ਅੰਦਰ ਹੀ ਜਾਂਦਾ ਹੈ ਡੰਪ ਹੋ ਕੇ ਨੀਚੇ ਦੇ ਨੀਚੇ। ਇਹਨਾਂ ਦਾ ਕੋਈ ਸਿਸਟਮ ਬਣਿਆ ਹੋਊਗਾ ਮੈਨੂੰ ਨਹੀਂ ਇਹਦਾ ਜ਼ਿਆਦਾ ਪਤਾ ਹੈ, ਪਰ ਹਰ ਚੀਜ਼ ਨੂੰ ਮੈਂਟੇਨ ਕਰਕੇ ਰੱਖਿਆ ਹੋਇਆ, ਬੜੀ ਵਧੀਆ ਚੀਜ਼। ਇਹ ਰੈਸਟੋਰੈਂਟ ਤੁਸੀਂ ਦੇਖ ਸਕਦੇ ਹੋ ਬਾਹਰ, ਬੜੇ ਵਧੀਆ ਲੁੱਕ ਲੱਗ ਰਹੀ ਹੈ ਦੂਰੋਂ ਦੇਖਣ ਨੂੰ, ਸ਼ਾਂਤ ਮਾਹੌਲ ਹੈ। ਪਿਆਸ ਪਾਣੀ ਉਪਲਬਧ, ਛੋਟੇ ਛੋਟੇ ਸਟੋਰ ਬਣੇ ਨੇ ਸਿਟੀ ਦੇ ਅੰਦਰ, ਇੰਕਲੂਡਿਡ ਰੈਸਟੋਰੈਂਟ ਹੈ।